ਨਮਸਕਾਰ, ਮੈਂ ਹਾਂ ਤੁਹਾਡਾ ਆਪਣਾ ਦੀਪਕ ਤੇ ਪੇਸ਼ਨ ਅੱਜ ਦੀਆਂ ਖਬਰਾਂ। ਅੱਜ ਗੁਰਦਾਸਪੁਰ ਵਿੱਚ ਵੱਖਰੇ ਅੰਦਾਜ਼ ਵਿੱਚ ਦੇਖਿਆ ਜ਼ਿਲ੍ਹਾ ਪੁਲਿਸ ਪ੍ਰਸ਼ਾਸਨ। ਚਲਾਨ ਕੱਟਣ ਦੀ ਬਜਾਏ ਲੋਕਾਂ ਨੂੰ ਦਿੱਤੇ ਗਏ ਗੁਲਾਬ ਦੇ ਫੁੱਲ। ਸਭ ਤੋਂ ਪਹਿਲਾਂ ਖਬਰ ਵਿਸਤਾਰ ਨਾਲ ਦੇਖੋ। ਅੱਜ ਗੁਰਦਾਸਪੁਰ ਵਿੱਚ ਪੁਲਿਸ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਰੋਡ ਸੇਫਟੀ ਦਿਵਸ ਮਨਾਇਆ ਗਿਆ, ਜਿਸ ਵਿੱਚ ਗੁਰਦਾਸਪੁਰ ਸ਼ਹਿਰ ਦੇ ਸਰਕਾਰੀ ਅਤੇ ਪ੍ਰਾਈਵੇਟ ਸਕੂਲਾਂ ਦੇ ਬੱਚਿਆਂ ਭਾਗ ਲਿਆ। ਇਸ ਮੌਕੇ ਤੇ ਮੁੱਖ ਮਹਿਮਾਨ ਵਜੋਂ SP ਹੈੱਡਕੁਆਰਟਰ ਨਵਜੋਤ ਸਿੰਘ ਸਿੱਧੂ ਅਤੇ RTA ਗੁਰਦਾਸਪੁਰ ਬਲਦੇਵ ਰੰਧਾਵਾ ਮੁੱਖ ਮਹਿਮਾਨ ਵਜੋਂ ਸ਼ਾਮਿਲ ਹੋਏ, ਜਿੱਥੇ DSP ਹੈੱਡਕੁਆਰਟਰ ਜੇਸ਼ ਕੱਕੜ ਵਿਸ਼ੇਸ਼ ਮਹਿਮਾਨ ਵਜੋਂ ਸ਼ਾਮਿਲ ਹੋਏ। ਇਸ ਮੌਕੇ ਤੇ ਵੱਖ ਵੱਖ ਸਕੂਲਾਂ ਦੇ ਬੱਚਿਆਂ ਨੇ ਸੜਕ ਸੁਰੱਖਿਆ ਸੰਬੰਧੀ, ਟ੍ਰੈਫਿਕ ਨਿਯਮਾਂ ਸੰਬੰਧੀ ਅਤੇ ਕਾਨੂੰਨ ਦੀ ਉਲੰਘਣਾ ਕਰਨ ਸੰਬੰਧੀ ਹੱਥਾਂ ਵਿੱਚ ਬੈਨਰ ਫੜ ਕੇ ਸ਼ਹਿਰ ਵਿੱਚ ਰੈਲੀ ਕੱਢੀ। ਇਹਨਾਂ ਬੱਚਿਆਂ ਨੂੰ ਪੁਲਿਸ ਲਾਈਨ ਗੁਰਦਾਸਪੁਰ ਤੋਂ SP ਹੈੱਡਕੁਆਰਟਰ ਨਵਜੋਤ ਸਿੰਘ ਨੇ ਸਿੱਧੂ ਨੇ ਗੁਰਦਾਸਪੁਰ ਤੋਂ ਹਰੀ ਝੰਡੀ ਦੇ ਕੇ ਰਵਾਨਾ ਕੀਤਾ। ਹੁਣ ਖਬਰ ਵਿਸਤਾਰ ਨਾਲ ਦੱਸੀਏ ਕਿ ਅੱਜ ਵੱਖਰੇ ਅੰਦਾਜ਼ ਵਿੱਚ ਦਿਖੀਆਂ ਜ਼ਿਲ੍ਹਾ ਪੁਲਿਸ ਪ੍ਰਸ਼ਾਸਨ। ਦੱਸਦੀਏ ਕਿ ਸਭ ਤੋਂ ਪਹਿਲਾਂ ਵੱਡੀ ਗੱਲ ਕਰਦੇ ਹਾਂ ਜੋ ਦੇਖਣ ਨੂੰ ਮਿਲੀ ਹੈ ਕਿ ਹਰ ਰੋਜ਼ ਤੁਹਾਨੂੰ ਪੁਲਿਸ ਪ੍ਰਸ਼ਾਸਨ ਵੱਲੋਂ ਚਲਾਨ ਕੱਢਦੇ ਦਿਖਦੇ ਸਨ, ਪਰ ਇੱਥੇ ਅੱਜ ਨਵਾਂ ਹੀ ਰੂਪ ਦੇਖਣ ਨੂੰ ਮਿਲਿਆ ਜ਼ਿਲ੍ਹਾ ਪੁਲਿਸ ਪ੍ਰਸ਼ਾਸਨ ਦਾ। ਜੀ ਹਾਂ, ਅੱਜ ਜ਼ਿਲ੍ਹਾ ਪੁਲਿਸ ਪ੍ਰਸ਼ਾਸਨ ਵੱਲੋਂ ਕਾਨੂੰਨ ਦੀ ਉਲੰਘਣਾ ਕਰਨ ਵਾਲਿਆਂ ਦੇ ਚਲਾਨ ਨਹੀਂ ਕੱਟੇ ਗਏ, ਸਗੋਂ ਵਾਹਨ ਵੀ ਜ਼ਬਤ ਨਹੀਂ ਕੀਤੇ ਗਏ। ਉਹਨਾਂ ਨੂੰ RTA ਬਲਦੇਵ ਰੰਧਾਵਾ ਅਤੇ DSP ਰਜੇਸ਼ ਕੱਕੜ ਵੱਲੋਂ ਸਕੂਲੀ ਬੱਚਿਆਂ ਨਾਲ ਖੁਦ ਸੜਕ 'ਤੇ ਖੜ੍ਹੇ ਹੋ ਕੇ ਕਾਨੂੰਨ ਦੀ ਉਲੰਘਣਾ ਕਰਨ ਵਾਲਿਆਂ ਨੂੰ ਗੁਲਾਬ ਦੇ ਫੁੱਲ ਦੇ ਕੇ ਉਹਨਾਂ ਨੂੰ ਕਾਨੂੰਨ ਦੀ ਨਿਯਮਾਂ ਸੰਬੰਧੀ, ਉਹਨਾਂ ਦੀ ਪਾਲਣਾ ਕਰਨ ਸੰਬੰਧੀ, ਦਸਤਾਵੇਜ਼ ਪੂਰੇ ਰੱਖਣ ਸੰਬੰਧੀ ਜਾਗਰੂਕ ਕੀਤਾ ਗਿਆ, ਜੋ ਕਈ ਘੰਟੇ ਇਹ ਕੰਮ ਚੱਲਦਾ ਰਿਹਾ। ਇਸ ਮੌਕੇ 'ਤੇ ਮੀਡੀਆ ਨਾਲ ਗੱਲਬਾਤ ਕਰਦਿਆਂ RTA ਬਲਦੇਵ ਰੰਧਾਵਾ ਅਤੇ DSP ਹੈੱਡਕੁਆਰਟਰ ਨੇ ਦੱਸਿਆ ਕਿ ਅਸੀਂ ਸਕੂਲੀ ਬੱਚਿਆਂ ਨਾਲ ਸੰਦੇਸ਼ ਦੇ ਨਿਕਲੇ ਹਾਂ ਕਿ ਸੜਕਾਂ ਉੱਪਰ ਸੁਰੱਖਿਅਤ ਚੱਲੋ। ਉਹਨਾਂ ਕਿਹਾ ਕਿ ਰੋਡ ਸੇਫਟੀ ਦਿਵਸ 11 ਜਨਵਰੀ ਤੋਂ 17 ਜਨਵਰੀ ਤੱਕ ਚੱਲ ਰਿਹਾ ਹੈ। ਉਹਨਾਂ ਕਿਹਾ ਕਿ ਅੱਜ ਅਸੀਂ ਕਾਨੂੰਨ ਦੀ ਉਲੰਘਣਾ ਕਰਨ ਵਾਲਿਆਂ ਦੇ ਚਲਾਨ ਨਹੀਂ ਕੱਟ ਰਹੇ ਹਾਂ, ਸਗੋਂ ਬੱਚਿਆਂ ਦੇ ਨਾਲ ਗੁਲਾਬ ਦੇ ਫੁੱਲ ਫੜ ਕੇ ਜੋ ਕਾਨੂੰਨ ਦੀ ਉਲੰਘਣਾ ਕਰ ਰਹੇ ਹਨ, ਟ੍ਰੈਫਿਕ ਨਿਯਮਾਂ ਦੀ ਉਲੰਘਣਾ ਕਰ ਰਹੇ ਹਨ, ਉਹਨਾਂ ਨੂੰ ਕਾਨੂੰਨ ਦੀ ਵਿੱਚ ਰਹਿ ਕੇ ਨਿਯਮਾਂ ਦਾ ਪਾਲਣ ਕਰਨ ਬਾਰੇ ਜਾਗਰੂਕ ਕਰ ਰਹੇ ਹਾਂ। ਉੱਥੇ ਹੀ ਅਸੀਂ ਇੱਕ ਛੋਟਾ ਜਿਹਾ ਸੰਦੇਸ਼ ਵੀ ਦੇ ਰਹੇ ਹਾਂ ਕਿ ਅੰਡਰ ਏਜ ਬੱਚਿਆਂ ਨੂੰ ਸੜਕ ਵਿੱਚ ਵਾਹਨ ਦੇ ਕੇ ਨਾ ਭੇਜੋ ਤਾਂ ਕਿ ਕੋਈ ਹਾਦਸਾ ਨਾ ਵਾਪਰ ਸਕੇ। ਉੱਥੇ ਹੀ DSP ਰਜੇਸ਼ ਕੱਕੜ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਉਹਨਾਂ ਦੇ ਸਵਾਲਾਂ ਦਾ ਜਵਾਬ ਦਿੰਦਿਆਂ ਹੋਇਆ ਕਿਹਾ ਕਿ ਰੋਡ ਸੇਫਟੀ ਸਟਿੱਕਰ ਦੇ ਮੁਲਾਜ਼ਮ ਪੈਸੇ ਨਹੀਂ ਵਸੂਲ ਰਹੇ, ਜੋ ਮਾਰਕੀਟ ਵਿੱਚ ਸੋਸ਼ਲ ਮੀਡੀਆ 'ਤੇ ਇੱਕ ਗੱਲ ਫੈਲ ਰਹੀ ਹੈ, ਉਸ ਉੱਪਰ ਉਹਨਾਂ ਨੇ ਸਪਸ਼ਟੀਕਰਨ ਦਿੰਦਿਆਂ ਹੋਇਆ ਕਿਹਾ ਇੱਕ ਮਾਨਵ ਸੇਵਾ ਨਾਮ ਦੀ NGO ਹੈ ਜਿਸ ਨੂੰ ਸਟੇਟ ਲੈਵਲ 'ਤੇ ਮਨਜ਼ੂਰੀ ਦਿੱਤੀ ਗਈ ਹੈ, ਜੋ ਸਟਿੱਕਰ ਲਗਾ ਕੇ ਇਸ ਦਾ ਉਦੇਸ਼ ਹੈ ਨੋ ਪ੍ਰੋਫਿਟ ਨੋ ਲੋਸ, ਜਿਸ ਨੂੰ ਲੋਕਾਂ ਨੂੰ ਸਟਿੱਕਰ ਵੰਡੇਗੀ ਅਤੇ ਨੋ ਪ੍ਰੋਫਿਟ ਨੋ ਲੋਸ ਰਾਹੀਂ ਟ੍ਰੈਫਿਕ ਨਿਯਮਾਂ ਸੰਬੰਧੀ ਲੋਕਾਂ ਨੂੰ ਜਾਣੂ ਕਰਵਾਏਗੀ। ਉੱਥੇ ਹੀ ਉਹਨਾਂ ਨੇ ਮਾਪਿਆਂ ਨੂੰ ਉਹਨਾਂ ਨੂੰ ਅਪੀਲ ਕੀਤੀ ਕਿ ਉਹ ਆਪਣੇ ਅੰਡਰ ਏਜ ਬੱਚਿਆਂ ਨੂੰ ਵਾਹਨ ਦੇ ਕੇ ਸੜਕਾਂ 'ਤੇ ਨਾ ਭੇਜਣ। ਦੇਖੋ ਇਨਸਾਫ TV 'ਤੇ ਸਾਰੀ ਖਬਰ। ਮੈਂ ਰੀਜਨਲ ਟਰਾਂਸਪੋਰਟ ਅਥਾਰਟੀ ਬਲਦੇਵ ਰੰਧਾਵਾ ਅੱਜ ਇਹ ਸੰਦੇਸ਼ ਦੇਣ ਅਸੀਂ ਨਿਕਲੇ ਹਾਂ ਕਿ ਸੜਕਾਂ ਦੇ ਉੱਤੇ ਸੁਰੱਖਿਅਤ ਚੱਲੋ। ਅੱਜ ਦਾ ਦਿਨ ਜਿਹੜਾ ਹੈ ਅਸੀਂ ਇਹ ਪਲਾਨ ਕੀਤਾ ਰੋਡ ਸੇਫਟੀ ਵੀਕ 11 ਤੋਂ 17 ਤੱਕ ਜਿਹੜਾ ਚੱਲ ਰਿਹਾ ਹੈ, ਇਹ ਅੱਜ ਅਸੀਂ ਵਾਇਲੇਟਰਸ ਨੂੰ ਚਲਾਨ ਨਹੀਂ ਦੇ ਰਹੇ, ਉਹਨਾਂ ਨੂੰ ਅਸੀਂ ਗੁਲਾਬ ਦਾ ਫੁੱਲ ਦੇ ਕੇ ਅਵੇਅਰ ਕਰਦੇ ਪਏ ਹਾਂ। ਦਿਸ ਇਜ਼ ਅਵੇਅਰਨੈਸ ਕੰਪੇਨ।
ਕਿ ਤੁਹਾਡੀ ਜ਼ਿੰਦਗੀ ਕੀਮਤੀ ਹੈ। ਅਸੀਂ ਚਲਾਨ ਤਾਂ ਹਰ ਰੋਜ਼ ਕਰਦੇ ਹਾਂ ਪਰ ਇਹਨੂੰ ਅੱਜ ਅਵੇਅਰ ਕਰ ਰਹੇ ਹਾਂ। ਬੱਚਿਆਂ ਨੂੰ ਅਸੀਂ ਨਾਲ ਲਿਆ, ਛੋਟੇ ਬੱਚੇ ਉਹਨਾਂ ਨੂੰ ਰਿਕੁਐਸਟ ਕਰਦੇ ਆ ਕਿ ਵਾਇਲੇਟਰਸ ਨੂੰ ਜੀ ਤੁਸੀਂ ਵਾਇਲੇਟ ਨਾ ਕਰੋ ਕਿਉਂਕਿ ਤੁਹਾਡੀ ਜ਼ਿੰਦਗੀ ਕੀਮਤੀ ਹੈ। ਔਰ ਇਹ ਅਸੀਂ ਜਿਹੜਾ ਟ੍ਰੈਫਿਕ ਪੁਲਿਸ ਦਾ ਇੱਕ ਐਜੂਕੇਸ਼ਨ ਸੈੱਲ ਵੀ ਹੈ, ਉਹ ਐਜੂਕੇਟ ਕਰਦਾ ਰਹਿੰਦਾ। ਇਹ ਅੱਜ ਐਜੂਕੇਸ਼ਨ ਦਾ ਹਿੱਸਾ ਹੈ, ਅਵੇਅਰਨੈਸ ਦਾ ਹਿੱਸਾ ਹੈ। ਹਰ ਜਨਵਰੀ ਦੇ ਮਹੀਨੇ ਅਸੀਂ ਰੋਡ ਸੇਫਟੀ ਵੀਕ ਮਨਾਉਂਦੇ ਹਾਂ, ਜਿਹੜਾ ਹੁਣ 11 ਤੋਂ 17 ਤੱਕ ਮਨਾਇਆ ਜਾ ਰਿਹਾ। ਜਿਸ ਸੰਬੰਧੀ ਅੱਜ ਅਸੀਂ ਜਹਾਜ਼ ਚੌਂਕ ਗੁਰਦਾਸਪੁਰ ਖਲੋਤੇ ਹਾਂ, ਆਰ ਟੀ ਸਾਹਿਬ ਨਾਲ ਨੇ। ਅਸੀਂ ਅੱਜ ਦੇ ਦਿਨ ਜਿਹੜੇ ਟ੍ਰੈਫਿਕ ਦੇ ਵੋਲੰਟ ਕਰ ਰਹੇ ਹਨ, ਅਸੀਂ ਗੁਲਾਬ ਦਾ ਫੁੱਲ ਦੇ ਕੇ ਉਹਨਾਂ ਨੂੰ ਅਹਿਸਾਸ ਕਰਾ ਰਹੇ ਹਾਂ ਉਹ ਗਲਤ ਨੇ, ਤਾਂ ਕਿ ਉਹ ਅੱਗੇ ਤੋਂ ਚਲਾਨ ਤੋਂ ਬਚਣ ਅਤੇ ਆਪਣੀ ਜ਼ਿੰਦਗੀ ਨੂੰ ਸੇਫ ਰੱਖਦੇ ਹੋਇਆ ਆ ਹੈਲਮਟ ਵਗੈਰਾ ਪਾਉਣ। ਬਿਲਕੁਲ ਬਿਲਕੁਲ, ਇਸ ਸੰਬੰਧ ਵਿੱਚ ਸਾਡਾ ਇੱਕ ਸਪੈਸ਼ਲ ਸੈੱਲ ਬਣਿਆ, ਜਾਂ ਟੈਸ ਉਹਨੂੰ ਕਹਿੰਦੇ ਆਪਾਂ ਟ੍ਰੈਫਿਕ ਐਜੂਕੇਸ਼ਨ ਸੈੱਲ। ਉਹ ਹਰ ਦਿਨ ਖਾਸ ਕਰਕੇ ਹਫ਼ਤੇ ਦੇ ਹਰ ਦਿਨ ਅੱਗੇ ਹਰ ਸਾਲ ਦੇ ਲਗਾਤਾਰ ਸਕੂਲਾਂ ਕਾਲਜਾਂ ਵਿੱਚ ਜਾ ਕੇ ਬੱਚਿਆਂ ਨੂੰ ਇਸ ਗੱਲ ਤੋਂ ਉਹਨਾਂ ਨੂੰ ਇਸ ਕਾਨੂੰਨ ਤੋਂ ਜਾਗਰੂਕ ਕਰਦਾ, ਉਹਨਾਂ ਨੂੰ ਪ੍ਰੇਰਨਾ ਦਿੰਦਾ ਅਤੇ ਉਹ ਇਹੋ ਜਿਹੀ ਕੋਈ ਜਿਹੜੀ ਬੈਲਟ ਵਗੈਰਾ ਲਾਉਣ ਅਤੇ ਕੋਈ ਵੀ ਕਿਹੋ ਜਿਹੀ ਟ੍ਰੈਫਿਕ ਦੀ ਵਾਇਲੇਸ਼ਨ ਨਾ ਕਰਨ। ਉਹੀ ਨੂੰ ਮੈਸੇਜ ਦੇਣਾ ਚਾਹੁੰਦੇ ਕਿ ਜਿਹੜੇ ਪੇਰੈਂਟਸ ਆਪਣੇ ਬੱਚਿਆਂ ਨੂੰ ਇੱਕ ਗੱਲ ਤੋਂ ਅਵੇਅਰ ਕਰਨ ਕਿ ਇਹ ਵਿਦਾਊਟ ਅੰਡਰ ਏਜ ਵਹੀਕਲ ਉਹਨਾਂ ਨੂੰ ਨਾ ਦੇਣ, ਤਾਂ ਕਿ ਆਪ ਉਹਨਾਂ ਦੀ ਜ਼ਿੰਦਗੀ ਵੀ ਸੇਫ ਰਹੇ। ਫਸਟ ਆਫ ਆਲ ਮੈਂ ਤੁਹਾਨੂੰ ਅਵੇਅਰ ਕਰਦਾ ਦੱਸ ਦੇਵਾਂ, ਕੋਈ ਮੁਲਾਜ਼ਮ ਨਹੀਂ ਉਸਦੇ ਪੈਸੇ ਵਸੂਲਦੇ। ਇੱਕ ਮਾਨਵ ਸੰਸਥਾ ਨਾਮ ਦੀ ਇੱਕ ਐਨ ਜੀ ਓ ਹੈ ਜਿਹੜੀ ਕਿ ਸਟੇਟ ਲੈਵਲ 'ਤੇ ਉਹਨੂੰ ਨੋਮੀਨੇਟ ਕੀਤਾ ਗਿਆ ਵਾ ਸਟਿੱਕਰ ਲਗਾਉਣ ਵਾਸਤੇ। ਉਹਦੇ ਦੋ ਮੋਟੇ ਫੰਡੇ ਨੇ, ਨੋ ਪ੍ਰੋਫਿਟ ਨੋ ਲੋਸ ਅਤੇ ਵਲੰਟਰੀ। ਉਹ ਕੱਲ੍ਹ ਨੂੰ ਇਹੀ ਇਨਸ਼ੋਰ ਕਰਦੇ ਹੈ ਅਤੇ ਉਹ ਵੀ ਉਹਨਾਂ ਇੰਸਟਰਕਸ਼ਨਸ ਹੈਗੀਆਂ ਨੇ ਕਿ ਉਹ ਬਿਲਕੁਲ ਵਲੰਟਰੀ ਲਗਾਉਣ ਅਤੇ ਨੋ ਪ੍ਰੋਫਿਟ ਨੋ ਲੋਸ ਲਾਉਣ। ਅਤੇ ਫਸਟ ਆਫ ਆਲ ਜਿਸ ਬੰਦਾ ਕੋਈ ਆਉਂਦਾ ਉਸ ਨੂੰ ਪਹਿਲਾਂ ਉਸ ਵੱਲ 'ਤੇ ਅਵੇਅਰ ਕਰਨ ਕਿ ਕਿਉਂ ਜ਼ਰੂਰੀ ਹੈ। ਉਹ ਜੇ ਵਲੰਟਰੀ ਹੋਵੇ ਤਾਂ ਹੀ ਲਗਾਉਣਗੇ, ਜਸਟ ਨੋ ਪ੍ਰੋਫਿਟ ਨੋ ਲੋਸ 'ਤੇ।